ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪਲੋਰੇ ਨਿੱਜਰਾਂ ਦਾ ਜੱਟ ਹੈਗਾ। ਇਹਦੇ ਨਾਲ ਮੈਂ ਤੁਹਾਨੂੰ ਆਪਣਾ ਪਛਾਣ ਦੱਸੀ ਹੈਗੀ। ਜਿਹੜਾ ਆਪਣੀ ਹੋਂਦ ਜਾਣੇ ਉਹਨੂੰ ਹਿੰਦੂ ਕਹੀਦਾ ਹੈਗਾ, ਮੋਦੀ ਜੀ ਨੂੰ ਉਹਨਾਂ ਨੀ ਹਿੰਦੂ ਬਣਦਾ। ਹਿੰਦੂ ਜਿਹੜਾ ਹੈਗਾ ਉਹਦੀ ਬੰਮ ਜਿਹੜਾ ਹੈਗਾ ਹੋਮੇ ਉੱਚੀ ਕਰਦਾ ਹੈਗਾ, ਤੇ ਸਿੱਖ ਦਾ ਹੁੰਦਾ ਹੋਮੇ ਮਾਰਨੀ ਹੈਗੀ ਉਲਟੀ, ਇਹਨੂੰ ਕਹਿੰਦੇ ਉਲਟੀ ਬਈ। ਤੇ ਫਿਰ ਸਿੱਖ ਹੁੰਦਾ ਉਹ ਜਿਹੜਾ ਰੂਹਾਨੀ ਸਿੱਖਿਆ ਲਵੇ, ਤੇ ਦਾੜੀ ਤੇ ਪੱਗ ਤੇ ਦਾੜੀ ਨਾਲ ਹੀ ਸਿੱਖ ਬਣਦਾ। ਇਹ ਜਿਹੜਾ ਹੈਗਾ ਉਹਦਾ ਸੈਮਸਨ ਸੈਮਸਨ ਦਲੇਲਾ, ਉਹਦੀ ਕਹਾਣੀ ਤੁਸੀਂ ਸੁਣੀ ਹੋਣੀ ਹੈਗੀ। ਇਹ ਦਾੜੀ ਤੇ ਜਿਹੜੀ ਹੈਗੀ ਕੇਸ ਕੱਟਦੇ ਨਹੀਂ ਹੈਗੇ, ਇਹ ਉਹਦੇ ਨਾਲ ਤੁਲਕ ਹੈਗਾ ਸੈਮਸਨ ਦਲੇਲਾ ਨਾਲ। ਇਹ ਬ੍ਰਹਮ ਦਾ ਆਰਟ ਹੈਗਾ, ਤੇ ਬ੍ਰਹਮ ਦਾ ਆਰਟ ਜੇ ਤੁਸੀਂ ਪਸੰਦ ਕਰੋਗੇ, ਬ੍ਰਹਮ ਕੇ ਬੇਟੇ ਬਣੋਗੇ, ਤਾਂ ਉਹ ਤੁਹਾਨੂੰ ਤਾਕਤ ਦੇਵੇਗਾ, ਸ਼ਕਤੀ ਦੇਵੇਗਾ। ਤੇ ਇੱਥੇ ਦੱਸਣਾ ਚਾਹੁੰਦਾ ਜਿਹੜਾ ਦੁਨੀਆਂ 'ਚ ਅੱਜ ਹੋ ਰਿਹਾ ਨਾ ਕੰਮ, ਹਮਾਸ ਤੇ ਫਤਿਹ ਤੇ ਹਜ਼ਬੁੱਲਾ ਤੇ ਕੀ ਇਹ ਜਿਹੜੇ ਜੂ ਹੈਗੇ ਨੇ ਇਕੱਠੇ ਕੀਤੇ ਹੋਏ, ਇਹਨਾਂ ਦਾ ਸਾਰਾ ਮੈਂ ਕਿੱਸਾ ਤੁਹਾਨੂੰ ਦੱਸਦਾ ਨਿਚੋੜ, ਜੇ ਪੂਰੀ ਜਾਣਕਾਰੀ ਨਹੀਂ ਤੁਸੀਂ ਬਾਕੀ ਮੇਰੇ ਵੀਡੀਓ ਦੇਖੀ ਹੈ ਜੀ। ਇਹ ਧਰਤੀ 'ਤੇ ਜਿਹੜਾ ਮਿਡਲ ਈਸਟ 'ਚ ਹੈਗਾ, ਇੱਥੋਂ ਲਿਆਂਦਾ ਸੀਗਾ ਇਬਰਾਹਿਮ, ਲਿਆਂਦਾ ਆਬਰਾਮ ਲਿਆਂਦਾ ਸੀਗਾ ਇਰਾਕ ਏਰੀਏ 'ਚੋਂ। ਇਰਾਕ ਏਰੀਆ ਹੈਗਾ ਸਮੈਟਿਕ ਰੇਸ ਦਾ, ਜਿਹੜੇ ਕਿ ਜਿਹੜੇ ਏਰੀਅਨ ਦੇ ਕਾਲੇ ਲੋਕਾਂ ਦਾ ਮਿਕਸ ਹੈਗਾ। ਇਹ ਨਾ ਕਾਲੇ ਨਾਲ ਨਫ਼ਰਤ ਕਰਦੇ, ਨਾ ਗੋਰੇ ਨਾਲ ਪਿਆਰ ਕਰਦੇ ਨੇ, ਅਤੇ ਇਹਨੂੰ ਲਿਆ ਕੇ ਇੱਥੇ ਮਿਡਲ ਈਸਟ 'ਚ ਇਹਨੂੰ ਬਿਠਾਇਆ ਸੀਗਾ ਬ੍ਰਹਮਾ ਨੇ। ਬ੍ਰਹਮਾ ਨੂੰ ਇਹ ਕਹਿੰਦੇ ਨੇ ਯਾਵੇ ਕਹਿੰਦੇ ਨੇ, ਅਤੇ ਅਰਬੀ 'ਚ ਕਹਿੰਦੇ ਖੁਦਾ, ਖੁਦਾ ਦੇ ਬੰਦੇ ਹੈਗੇ ਉਹ। ਅਤੇ ਇਹ ਉਦੋਂ ਇਹ ਸਤਯੁਗ ਦਾ ਵੇਲਾ ਸੀਗਾ, ਅਤੇ ਉਦੋਂ ਇਬਰਾਹਿਮ ਜਿਹੜਾ ਸੀਗਾ, ਆਬਰਾਮ ਜਿਹੜਾ ਸੀ ਉਹ ਸੰਤ ਸੀਗਾ, ਅਤੇ ਉਹਨੂੰ ਮੁੰਡਾ ਨਹੀਂ ਸੀ ਕੋਈ ਹੁੰਦਾ ਉਹਦੇ, ਅਤੇ ਉਹਦੀ ਜਿਹੜੀ ਵਾਈਫ ਸੀ ਨਾ ਸਹਿਰਾ, ਉਹਨੇ ਕਿਹਾ ਤੁਹਾਨੂੰ ਨੌਕਰਾਨੀ ਨਾ ਕਰ ਲਾ ਅਤੇ ਮੁੰਡਾ ਪੈਦਾ ਕਰ ਲਾ। ਉਹਨੇ ਨੌਕਰਾਨੀ ਨਾਲ ਕਰਕੇ ਅਤੇ ਇੱਕ ਮੁੰਡਾ ਪੈਦਾ ਕੀਤਾ ਜਿਹਦਾ ਨਾਮ ਹੈਗਾ ਇਸ਼ਮਾਇਲ, ਜਿਹਦੇ ਅਰਬ ਲੋਕ ਹੈਗੇ ਨੇ। ਅਤੇ ਅਰਬ ਲੋਕ ਜਿਹੜੇ ਹੈਗੇ ਨੇ ਇਹ ਹਮੇਸ਼ਾ ਇਬਰਾਹਿਮ ਦੇ ਫੇਥਫੁਲ ਹੈਗੇ ਨੇ, ਵਫ਼ਾਦਾਰ ਹੈਗੇ ਨੇ, ਅਤੇ ਇਹਨਾਂ ਨੇ ਆਪਣਾ ਉਹ ਨਹੀਂ ਛੱਡਿਆ ਸੁਭਾਅ ਜਿਹੜਾ ਕਿ ਇਬਰਾਹਿਮ ਦਾ ਸੀਗਾ। ਅਤੇ ਫਿਰ ਸਾਧੂਆਂ ਦੀ ਸੇਵਾ ਕਰਦਾ ਹੁੰਦਾ ਸੀ ਉਹ, ਕਿਉਂ ਸਾਧੂ ਸਾਧੂਆਂ ਦੀ ਮੰਡਲੀ ਪਸੰਦ ਕਰਦੇ ਨੇ, ਅਤੇ ਉਹ ਸਾਧੂਆਂ ਨੇ ਫਿਰ ਵਰ ਦਿੱਤਾ ਸੀ ਵੀ ਤੇਰੇ ਘਰ ਇੱਕ ਮੁੰਡਾ ਹੋਏਗਾ ਅਤੇ ਉਹਦਾ ਨਾਂ ਆਈਜੈਕ ਰੱਖੀ। ਇਹ ਜਿਹੜਾ ਆਈਜੈਕ ਸੀਗਾ ਇਹ ਉਹਨਾਂ ਦੇ ਵਰ ਨਾਲ ਹੋਇਆ ਸੀ ਪੈਦਾ, ਤਾਂ ਇਹਨੂੰ ਸਪਿਰਚੁਐਲਿਟੀ ਦਿੱਤੀ, ਅਤੇ ਇਸ਼ਮਾਇਲ ਦੇ ਮੁੰਡਿਆਂ ਨੂੰ ਦਿੱਤੀ ਮੋਰੈਲਿਟੀ। ਇਹ ਜਿਹੜੇ ਸੀਗੇ ਆਪਣੇ ਜਿਹਨਾਂ ਨੂੰ ਅੱਜ ਕਹਿੰਦੀ ਤੁਸੀਂ ਜੀਵ ਕਹੀਦਾ ਨਾ, ਜੀਵ ਜਿਹੜਾ ਹੈਗਾ ਜਿੱਦਾਂ ਹਿੰਦੂ ਹੈਗਾ ਇਹ ਸਪਿਰਚੁਅਲ ਸੈਲਫ ਹੈਗਾ, ਦਿਲ ਦਾ ਹੈਗਾ ਜੀਵ, ਜਿਸਮ ਦਾ ਨਹੀਂ ਜੀਵ। ਇਸ ਕਰਕੇ ਨਾ ਕੋਈ ਹਿੰਦੂ, ਨਾ ਕੋਈ ਸਿੱਖ ਅਤੇ ਨਾ ਕੋਈ ਮੁਸਲਮਾਨ, ਇਹ ਨਾ ਹੀ ਪੈਦਾ ਹੁੰਦੇ ਨੇ ਅਤੇ ਨਾ ਹੀ ਮਰਦੇ ਨੇ। ਅਤੇ ਜਿਹੜੀ ਚੀਜ਼ ਪੈਦਾ ਹੁੰਦੀ ਉਹੀ ਮਰਦੀ ਹੈਗੀ। ਅਤੇ ਇਹਨੂੰ ਇੱਥੇ ਬਿਠਾ ਲਿਆ ਸੀਗਾ ਫਿਰ ਮਿਡਲ ਈਸਟ 'ਚ, ਜਦੋਂ ਤਾਈਂ ਉਹ ਮੁੰਡੇ ਉਹਦੇ ਵਫ਼ਾਦਾਰ ਸੀਗੇ ਉਦੋਂ ਇਹ ਧਰਤੀ ਸਰਸਬਜ਼ ਸੀਗੀ।
ਤੇ ਜਦੋਂ ਬਾਰਿਸ਼ਾਂ ਹੋ ਜਾਂਦੀਆਂ ਨੇ ਤਾਂ ਉਹੀ ਧਰਤੀ ਜਿਹੜੀ ਹੈਗੀ ਬੰਜਰ ਹੋ ਜਾਂਦੀ ਹੈਗੀ। ਤੇ ਜੈਕਬ ਦੇ 12 ਮੁੰਡੇ ਸੀਗੇ ਤੇ ਉਹਨਾਂ ਚੋਂ ਇੱਕ ਸੀਗਾ ਜੋਸਫ, ਜਿਹੜਾ ਕਿ ਉਹਦੀ ਆਦਤ ਇਬਰਾਹਿਮ ਵਾਂਗੂ ਸੀਗੀਆਂ, ਸੱਚਾ ਸੀਗਾ। ਬਾਕੀ ਦੇ ਜਿਹੜੇ ਸੀ ਝੂਠ ਬੋਲ ਦਿੰਦੇ ਸੀ ਪਿਓ ਨੂੰ, ਤੇ ਉਹ ਕਹਿੰਦੇ ਵੀ ਆਹ ਜਿਹੜਾ ਸੱਚ ਬੋਲਦਾ ਨਾ ਇਹ ਸਾਡੀ ਬੇਇੱਜ਼ਤੀ ਕਰਦਾ ਹੈਗਾ, ਇਹਨੂੰ ਜੇ ਆਪਾਂ ਮਾਰ ਦਈਏ ਤਾਂ ਫਿਰ ਆਪਾਂ ਜਿੱਦਾਂ ਮਰਜ਼ੀ ਆਪਣੇ ਪਿਓ ਨੂੰ ਝੂਠ ਬੋਲੀਏ। ਮਾਰਨ ਦੀ ਬਜਾਏ ਉਹਨਾਂ ਨੇ ਇਜਿਪਸ਼ੀਅਨ ਨੂੰ ਵੇਚ ਦਿੱਤਾ ਉਹ ਸਲੇਵ, ਤੇ ਉਹਦੇ ਕੋਲ ਸੀਗੀ ਰੂਹਾਨੀਅਤ ਕਿ ਉਹ ਵਫ਼ਾਦਾਰ ਸੀਗਾ ਇਬਰਾਹਿਮ ਦਾ ਤੇ ਯਾਹਵੇ ਦਾ, ਜਿੱਦਾਂ ਦੇ ਸੱਚ ਬੋਲਦਾ ਸੀ। ਤੇ ਉੱਥੇ ਉਹਨੂੰ ਫਿਰ ਰੂਹਾਨੀਅਤ ਕਰਕੇ ਉਹਨੂੰ ਵੱਡੀ ਪਦਵੀ ਮਿਲ ਗਈ, ਪ੍ਰਾਈਮ ਮਿਨਿਸਟਰ ਬਣਾ ਦਿੱਤਾ ਫੈਰੋ ਨੇ। ਤੇ ਪਿੱਛੇ ਜਿਹੜਾ ਸੀਗਾ ਪ੍ਰੋਮਿਸ ਲੈਂਡ ਵਿੱਚ ਉਹ ਜਿਹੜੀ ਮਾੜੀ ਮੋਟੀ ਉਹ ਖਾਂਦੇ ਸੀ ਨਾ ਉੱਥੇ, ਉਹ ਜੋਸਫ ਕਰਕੇ ਖਾਂਦੇ ਸੀ ਕਿ ਉਹ ਉਹਦਾ ਪੁੱਤਰ ਸੀਗਾ ਇਬਰਾਹਿਮ ਦਾ। ਬਾਕੀ ਦੇ ਜਿਹੜੇ ਸੀਗੇ ਬੇਵਫਾ ਸੀਗੇ, ਉਹਨਾਂ ਦੀ ਕੋਈ ਆਦਤ ਇਬਰਾਹਿਮ ਵਰਗੀ ਨਹੀਂ ਸੀਗੀ। ਇਬਰਾਹਿਮ ਜਿਹੜਾ ਹੈਗਾ ਉਹ ਉਹਨਾਂ ਦਾ ਪਿਓ ਹੈਗਾ ਜਿਹੜੇ ਫੇਥਫੁਲ ਹੈਗੇ ਨੇ, ਜਿਹੜੇ ਉਹਦੇ ਵਫ਼ਾਦਾਰ ਹੈਗੇ ਨੇ, ਜਿਹੜੇ ਨਹੀਂ ਵਫ਼ਾਦਾਰ ਹੈਗੇ ਉਹ ਕੱਢ ਦਿੰਦਾ ਹੈਗਾ ਉੱਥੋਂ ਜ਼ਮੀਨ ਵਿੱਚੋਂ। ਅਤੇ ਜਿਹੜਾ ਯਾਹਵੇ ਹੈਗਾ ਉਹ ਜਿਹਨੇ ਲਿਆਂਦਾ ਹੈਗਾ ਸੀ ਇਬਰਾਹਿਮ ਨੂੰ ਉਹ ਮੀਂਹ ਨਹੀਂ ਪੈਣ ਦਿੰਦਾ, ਯਾਨੀ ਕਿ ਜ਼ਮੀਨ ਬੰਜਰ ਹੋ ਜਾਂਦੀ ਹੈਗੀ, ਉਹਨਾਂ ਨੂੰ ਦੌੜਨਾ ਪੈਂਦਾ ਹੈਗਾ। ਅਤੇ ਜਦੋਂ ਉਹਨਾਂ ਨੇ ਉਹ ਵੇਚ ਦਿੱਤਾ ਤਾਂ ਉਹ ਨਿਕਲ ਗਿਆ ਪ੍ਰੋਮਿਸ ਲੈਂਡ ਵਿੱਚੋਂ, ਕੋਈ ਵੀ ਫੇਥਫੁਲ ਨਹੀਂ ਸੀਗਾ ਉਹਨਾਂ ਵਿੱਚੋਂ। ਤੋ ਉਹ ਜਾਵੇ ਨੇ ਵੀ ਨਹੀਂ ਪੈ ਦਿੱਤਾ ਤੇ ਉਹ ਬੰਜਰ ਹੋ ਗਈ, ਉਹਨਾਂ ਨੂੰ ਫਿਰ ਨਿਕਲ ਕੇ ਤਾਂ ਇਜਿਪਟ ਜਾਣਾ ਪਿਆ। ਜਦੋਂ ਗਏ ਉੱਥੇ ਉਹਨਾਂ ਨੇ ਬੜੀ ਕਦਰ ਕੀਤੀ ਕਿ ਉਹਦੇ ਭਰਾ ਹੈਗੇ ਨੇ ਜੋਸਫ ਦੇ, ਜਿਹੜਾ ਕਿ ਪ੍ਰਾਈਮ ਮਿਨਿਸਟਰ ਬਣਿਆ ਹੋਇਆ ਸੀਗਾ, ਪਰ ਉਹ ਆਪਣੀਆਂ ਪੁਰਾਣੀਆਂ ਆਦਤਾਂ ਬਾਜ਼ ਨਾ ਆਏ, ਨਾ ਆਵਾਜ਼ ਆਉਣ ਕਰਕੇ ਉਹਨਾਂ ਨੇ ਦੇਖਿਆ ਤਾਂ ਬਹੁਤ ਨਿਕੰਮੇ ਹੈਗੇ ਨੇ ਲੋਕ, ਉਹਨਾਂ ਨੇ ਉਹਨਾਂ ਨੂੰ ਗੁਲਾਮ ਬਣਾ ਲਿਆ, ਗੁਲਾਮ ਬਣਾ ਕੇ ਇੰਨਾ ਉਹਨਾਂ ਨੂੰ ਤੰਗ ਕੀਤਾ ਕਿ ਉਹਨਾਂ ਦੇ ਜਿਹੜੇ ਮੁੰਡੇ ਸੀ ਉਹ ਮਾਰ ਦਿੰਦੇ ਸੀਗੇ, ਤੇ ਕੁੜੀਆਂ ਸਿਰਫ ਉਹਨਾਂ ਦੇ ਬੱਚੇ ਕਹਿੰਦੇ ਸੀ ਜਿਹੜਾ ਮੁੰਡਾ ਪੈਦਾ ਹੁੰਦਾ ਉਹ ਮਾਰ ਦੇਣਾ ਹੈਗਾ। ਇਹ ਜਿਹੜਾ ਮੋਸੇ ਸੀਗਾ ਇਹ ਪੈਦਾ ਹੋਇਆ ਸੀਗਾ, ਇਹਨੂੰ ਫਿਰ ਮਾਂ ਨੇ ਇੱਕ ਆਪਣੇ ਉਹਦੇ 'ਚ ਪਾ ਕੇ ਨਾ ਪਾਣੀ 'ਚ ਤਾਲ ਦਿੱਤਾ ਪੰਗੂੜਾ ਬਣਾ ਕੇ, ਅਤੇ ਉਹ ਜਿਹੜੀ ਰਾਣੀ ਸੀਗੀ ਉਹ ਰਹਿਣਦਾਰ ਸੀਗੀ ਉਹਨੇ ਪਕੜ ਲਿਆ, ਪਕੜ ਕੇ ਅਤੇ ਘਰ ਲਿਆ ਕੇ ਉਹਨੂੰ ਪਾਲਿਆ ਪਰੋਸਿਆ। ਅਤੇ ਜਦੋਂ ਉਹ ਵੱਡਾ ਹੋ ਗਿਆ ਨਾ ਫਿਰ ਉਹਨੂੰ ਪਤਾ ਲੱਗਾ ਮੈਂ ਤਾਂ ਆਈਜੇ ਦਾ ਮੁੰਡਾ ਹੈਗਾ, ਤੇ ਉਹਨੇ ਫਿਰ ਉਹ ਜਿਹੜੇ ਗੁਲਾਮ ਬਣੇ ਹੋਏ ਸੀਗੇ ਚੋਜ਼ਨ ਪੀਪਲ ਉਹਨਾਂ ਨੂੰ ਕੱਢ ਕੇ ਲਿਆਂਦਾ ਸੀਗਾ ਇਜਿਪਟ ਵਿੱਚੋਂ, ਤੇ ਵਾਪਸ ਲਿਆਂਦਾ ਉਹਨਾਂ ਨੂੰ। ਤੇ ਜਦੋਂ ਉਹ ਆਏ ਸੀਗੇ ਵਾਪਸ ਉਦੋਂ ਉਹ 100% 100% ਉਹ ਸਮੈਟਿਕ ਰੇਸ ਦੇ ਸੀਗੇ, ਯਾਨੀ ਕਿ ਆਈਟੈਕ ਦੇ ਮੁੰਡੇ ਸੀਗੇ, ਕੋਈ ਬਗਾਨਾ ਨਹੀਂ ਸੀਗਾ। ਯਾਦ ਰੱਖੋ ਕਿ ਜਦੋਂ ਆਈਟੈਕ ਪੈਦਾ ਹੋਇਆ ਸੀ ਤੇ ਇਸ਼ਮਾਇਲ ਵੱਡਾ ਮੁੰਡਾ ਸੀਗਾ, ਤੇ ਉਦੋਂ ਫਿਰ ਇਬਰਾਹਿਮ ਨੇ ਆਈਟੈਕ ਇਸ਼ਮਾਇਲ ਅਤੇ ਉਹਦੀ ਜਿਹੜੀ ਮਾਂ ਸੀਗੀ ਹੈਗਰ ਉਹਨਾਂ ਨੂੰ ਦੋਨਾਂ ਨੂੰ ਨਾ ਪ੍ਰੋਮਿਸ ਲੈਂਡ ਤੋਂ ਬਾਹਰ ਵਸਾ ਕੇ ਆਇਆ ਸੀਗਾ।
ਕਿ ਤੁਹਾਡਾ ਕੋਈ ਹੱਕ ਨਹੀਂ ਪ੍ਰੋਮਿਸ ਲੈਣ ਦੇ ਹੁਣ ਮੇਰਾ ਅਸਲੀ ਮੁੰਡਾ ਆ ਗਿਆ ਗਾ ਤੇ ਫਿਰ ਇਹ ਜਿਹੜਾ ਸੀਗਾ ਇਹਨਾਂ ਨੂੰ ਜਿਹੜੀ ਸੀਗੀ ਸਪਿਰਚੁਅਲਿਟੀ ਮਿਲੀ ਸੀਗੀ ਪਹਿਲਾਂ ਤੇ ਇਹ ਜਿਹੜਾ ਆਪਣੇ ਹਰਿਮੰਦਰ ਹੈਗਾ ਇੱਥੇ ਅੰਮ੍ਰਿਤਸਰ ਇਹ ਪਹਿਲਾਂ ਮਿਡਲ ਜਰੂਸਲਮ ਹੁੰਦਾ ਸੀਗਾ ਤੇ ਉੱਥੇ ਸੀਗਾ ਬ੍ਰਹਮਾ ਦਾ ਮੰਦਰ ਸੀਗਾ ਤੇ ਨਾਲ ਇਹ ਪਾਪ ਬ੍ਰਹਮ ਦਾ ਹਰਿਮੰਦਰ ਸੀਗਾ ਇਹਦੇ ਆਲੇ ਦੁਆਲੇ ਪਰਦਾ ਹੁੰਦਾ ਸੀਗਾ ਪਰਦੇ ਦੀ ਜਿਹੜਾ ਹੈਗਾ ਇਹ ਜਿਹੜਾ ਨਾਮ ਹੈਗਾ ਨਾ ਇਹ ਗੁਪਤ ਹੈਗਾ ਜਿਹੜਾ ਹੈਗਾ ਨਾ ਆਪਣੇ ਮੋਰਲ ਲਾਅ ਦੀ ਜਿਹੜੀ ਹੈ ਨਾ ਵੇਦਾਂ ਦੇ ਨਾਮ ਉੱਤਮ ਚੜ੍ਹੇ ਨਾ ਵੇਦ ਜਿਹੜੇ ਹੈਗੇ ਨੇ ਇਹ ਮੋਰਲ ਲਾਅ ਹੈਗੇ ਨੇ ਇਹਨਾਂ ਦੀ ਜਿਹੜੀ ਜੜ ਹੁੰਦੀ ਹੈਗੀ ਉਹ ਨਾਮ ਹੈਗਾ ਤੇ ਇਸ ਕਰਕੇ ਇਹਨਾਂ ਨੂੰ ਉਹਦੇ ਪਰ ਜਿਹੜਾ ਹਰਿਮੰਦਰ ਸੀ ਉਹਦੇ ਆਲੇ ਦੁਆਲੇ ਪਰਦਾ ਸੀਗਾ ਉਹਦਾ ਮਤਲਬ ਇਹ ਵੀ ਹੈਗਾ ਕਿ ਜਿੱਦਾਂ ਜਦੋਂ ਤੱਕ ਉੱਥੇ ਦੇ ਜਿਹੜੇ ਬ੍ਰਾਹਮਣ ਸੀਗੇ ਜਿਹਨਾਂ ਨੂੰ ਰਾਪਾਈ ਕਹਿੰਦੇ ਨੇ ਉਹ ਅੱਛੇ ਸੀਗੇ ਉਹ ਬੇਈਮਾਨ ਨਹੀਂ ਸੀ ਹੋਏ ਉਦੋਂ ਦਾ ਹੀ ਉਹ ਪਰਦਾ ਢੱਕਿਆ ਰਹਿੰਦਾ ਹੈਗਾ ਤੇ ਜਦੋਂ ਉਹ ਬੇਈਮਾਨ ਹੋ ਜਾਂਦੇ ਨੇ ਫਿਰ ਉੱਥੇ ਸਤਿਗੁਰੂ ਆਉਂਦਾ ਹੈਗਾ ਉਹ ਉਸ ਪਰਦੇ ਨੂੰ ਪਾੜਦਾ ਹੈਗਾ ਤੇ ਲੋਕਾਂ ਨੂੰ ਕਹਿੰਦਾ ਹੁਣ ਤੁਸੀਂ ਸਿੱਧੀ ਅਪਰੋਚ ਕਰ ਲਓ ਤੁਹਾਨੂੰ ਕੋਈ ਇਹ ਪਾਦਰੀ ਪੂਦਰੀ ਦੀ ਲੋੜ ਨਹੀਂ ਹੈਗੀ ਤੇ ਇਹ ਆਪਣੀਆਂ ਜਿਹੜੀਆਂ ਪੁਰਾਣੀਆਂ ਆਦਤਾਂ ਸੀਗੀਆਂ ਉਹਨਾਂ ਤੋਂ ਬਾਜ਼ ਨਹੀਂ ਆਏ ਬਾਰਾਂ ਮੁੰਡੇ ਸੀ ਜੈਕਬ ਦੇ ਜਿਹੜੇ 11 ਮੁੰਡੇ ਸੀ ਨਾ ਉਹ ਚਤਰ ਚਲਾਕ ਸੀਗੇ ਤੇ ਝੂਠ ਬੋਲਦੇ ਸੀ ਉਹਨਾਂ ਨੂੰ ਇਹ ਫਿਰ ਇਹਨਾਂ ਦੇ ਮੰਦਰ ਜਿਹੜਾ ਸੀ ਤੇ ਹਰਿਮੰਦਰ ਉੱਥੇ ਸੀਗਾ ਉਹਨਾਂ ਦੇ ਕਬਜ਼ੇ 'ਚ ਸੀਗਾ ਜਿਹੜੇ ਸਮੈਰੀਟਨ ਸੀਗੇ ਉਹਨਾਂ ਨੂੰ ਆਪਣੇ ਪਿਓ ਜੈਕਬ ਦਾ ਜਿਹੜਾ ਸੀ ਨਾ ਖੂਹ ਉਹ ਮਿਲਿਆ ਸੀਗਾ ਉਹਨੇ ਪਲਾਟ ਦਿੱਤਾ ਸੀ ਉਹਨੂੰ ਜੋਸਫ ਦੇ ਮੁੰਡਿਆਂ ਨੂੰ ਔਲਾਦ ਨੂੰ ਤੇ ਇਹ ਫਿਰ ਆਪਣੀਆਂ ਪੁਰਾਣੀਆਂ ਆਦਤਾਂ ਤੋਂ ਬਾਜ਼ ਨਹੀਂ ਆਏ ਜਿਹੜੇ ਸਮੈਰੀਟਨ ਸੀਗੇ ਤੇ ਉਹਨਾਂ ਦਾ ਪਿਓ ਜੋਸਫ ਚੰਗਾ ਸੀਗਾ ਉਹ ਸੀਗਾ ਵਫ਼ਾਦਾਰ ਸੀਗਾ ਆਪਣੇ ਇਬਰਾਹਿਮ ਦਾ ਯਾਹਵੇ ਦਾ ਉਹਨਾਂ ਕੋਲ ਗਈ ਸਪਿਰਚੁਅਲਿਟੀ ਇਹ ਜਿਹੜੇ ਸੀਗੇ ਜਿਹੜੇ ਝੂਠ ਬੋਲਦੇ ਸੀਗੇ ਪਿਓ ਨੂੰ ਜੈਕਬ ਨੂੰ ਇਹ ਸੀਗੇ ਫਿਰ ਚਤਰ ਚਲਾਕ ਮਨਮੁਖ ਯਾਨੀ ਕਿ ਇਹ ਲੋਕਾਂ ਨੂੰ ਲੁੱਟਦੇ ਸੀਗੇ ਇਹ ਬਣ ਇਹ ਅਮੀਰ ਬਣ ਜਾਂਦੇ ਸੀ ਲੁੱਟ ਲੁੱਟ ਕੇ ਜਿੱਦਾਂ ਕਿ ਅੱਜ ਹੈਗੇ ਨੇ ਜੀਵ ਜਿਹੜੇ ਅਮੈਰੀਕਾ 'ਚ ਹੈਗੇ ਨੇ ਅਮੀਰ ਹੈਗੇ ਨੇ ਉਹਨਾਂ 'ਚੋਂ ਜਿਹੜੇ ਸੀਗੇ ਚੰਗੇ ਆਦਮੀ ਵੀ ਸੀਗੇ ਜਦੋਂ ਜੀਜ਼ ਆਇਆ ਜਦੋਂ ਜੀਜ਼ ਆਇਆ ਇਹ ਜੀਵ ਬਣ ਗਏ ਸੀ ਜਿਸਮ ਦੇ ਜੀਵ ਹੁੰਦਾ ਦਿਲ ਦਾ ਜਿੱਦਾਂ ਹਿੰਦੂ ਹੋਇਆ ਸਿੱਖ ਹੋਇਆ ਮੁਸਲਮਾਨ ਹੋਇਆ ਇਹ ਜਿਸਮ ਦੇ ਨਹੀਂ ਹੁੰਦੇ ਇਹ ਦਿਲ ਦੇ ਹੁੰਦੇ ਨੇ ਤੇ ਤਦੇ ਆਪਣੇ ਚੌਧਰੀ ਛੋਟੂ ਰਾਮ ਕਹਿੰਦੇ ਸੀ ਕਿ ਜਿਹੜੀ ਮਜ਼ਹਬ ਹੈਗਾ ਕਮੀਜ਼ ਹੈਗੀ ਆਹ ਕਮੀਜ਼ ਇਹਨੂੰ ਤੁਸੀਂ ਚਾਰ ਵਾਰੀ ਬਦਲ ਲਓ ਦਿਨ 'ਚ ਲੇਕਿਨ ਜਿਸਮ ਨਹੀਂ ਬਦਲਿਆ ਜਾਂਦਾ ਜਿਸਮ ਉਹਨਾਂ ਦਾ ਜਿਹੜਾ ਸੀਗਾ ਉਹ ਲੀਵਾਈ ਟ੍ਰਾਈਬ ਸੀ ਕੋਈ ਬੰਜਾਮਿਨ ਟ੍ਰਾਈਬ ਸੀ ਜਿੱਦਾਂ ਸਾਡੇ 'ਚ ਜੱਟ ਹੈਗੇ ਜੇ ਚੂਹੇ ਹੈਗੇ ਚਮਾਰ ਹੈਗੇ ਨੇ ਇਹ ਸਾਡੇ ਟ੍ਰਾਈਬ ਹੈਗੇ ਨੇ ਮਜ਼ਹਬ ਜਿਹੜਾ ਇੱਕ ਕਮੀਜ਼ ਹੈਗੀ ਉਹ ਦਿਲ ਦਾ ਹੁੰਦਾ ਹੈਗਾ ਤੇ ਜਦੋਂ 1947 'ਚ ਪਾਰਟੀਸ਼ਨ ਹੋਈ ਸੀਗੀ ਤੇ ਮੇਰੇ ਫਾਦਰ ਨੂੰ ਪਤਾ ਸੀ ਇਹਨਾਂ ਚੀਜ਼ਾਂ ਦਾ ਤੇ ਸਾਡਾ ਪਿੰਡ ਸੀ ਧਨੁਆਣਾ 91 RB ਪਾਕਿਸਤਾਨ ਏਰੀਏ 'ਚ ਤੇ ਅਸੀਂ ਰਹਿੰਦੇ ਸੀ ਮਿੰਟੂ ਗੁਬਰੀ ਉੱਥੇ
ਫਾਦਰ ਟੀਚਰ ਸੀਗੇ, ਪਹਿਲਾਂ ਸਕੂਲਾਂ ਦੇ ਇੰਸਪੈਕਟਰ ਹੁੰਦੇ ਸੀਗੇ, ਨਾ ਰਿਸ਼ਵਤ ਲੈਣੀ ਅਤੇ ਨਾ ਦੇਣੀ, ਉਹਨਾਂ ਨੇ ਡਿਮੋਟ ਕਰ ਦਿੱਤਾ ਅਤੇ ਉਹਨਾਂ ਨੇ ਬੜਾ ਟੀਚਰ ਲਾ ਦਿੱਤਾ ਉਹਨਾਂ ਨੂੰ। ਫਿਰ ਉਹ ਜਿਹੜਾ ਆਪਣਾ ਡਿਫੈਂਸ ਮਿਨਿਸਟਰ ਸੀਗਾ ਚੌਧਰੀ ਬਲਦੇਵ ਛੋਕਰ ਜੱਟ, ਉਹ ਰਿਸ਼ਤੇਦਾਰ ਸੀਗਾ, ਉਹਦੇ ਰਾਹੀਂ ਫਿਰ ਪਹੁੰਚ ਪਾਈ। ਅਤੇ ਉਹ ਜਿਹੜਾ ਇੰਸਪੈਕਟਰ ਜਿਹੜਾ ਸੀ ਵੱਡਾ, ਉਹ ਕਹਿੰਦਾ ਜੀ ਇਹ ਲੋਕਾਂ ਨੂੰ ਖੁਸ਼ ਨਹੀਂ ਕਰਦਾ, ਯਾਨੀ ਕਿ ਰਿਸ਼ਵਤ ਨਹੀਂ ਦਿੰਦਾ, ਜਦੋਂ ਵੀ ਕੋਈ ਖਾਲੀ ਜਗ੍ਹਾ ਹੋਏ ਇਹਨਾਂ ਨੂੰ ਲਾ ਦਿਆਂਗਾ। ਫਾਦਰ ਕਹਿੰਦੇ ਨਹੀਂ, ਮੈਂ ਜਿੱਥੇ ਠੀਕ ਹੈ ਉੱਥੇ ਟੀਚਰ ਠੀਕ ਹੈਗਾ। ਅਤੇ ਫਾਦਰ ਲੋਕਾਂ ਨੂੰ ਕਹਿੰਦੇ ਸੀ ਆਪਣੀ ਕੌਮ ਨਾ ਬਦਲੋ, ਤੁਹਾਡੀ ਕੌਮ ਜੱਟ ਹੈਗੀ, ਸਿੱਖ ਕੌਮ ਨਾ ਬਣਾਓ। ਉਹ ਜਿਹੜੇ ਸੀ ਭੂਤਰੇ ਹੋਏ, ਉਹ ਗੱਲ ਨਹੀਂ ਸੀ ਸੁਣਦੇ। ਮੁੱਕਾ ਇਹ ਹੋਇਆ ਕਿ ਜਦੋਂ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਸੀ, ਆਪਣੇ ਪਿੰਡ ਚਲੇ ਗਏ ਧਨੂਆ ਨੇ 91 ਅਤੇ ਉੱਥੇ ਉਹਨੇ ਆਪਣੇ ਮਰਾਸੀ ਨੂੰ ਲੈ ਕੇ, ਫਾਦਰ ਨਾਲ ਦਾ ਨਕੋਦਰ ਸੀ ਪਿੰਡ, ਉੱਥੇ ਜਾ ਕੇ ਉਹਨੂੰ ਸਮਝਾਇਆ ਕਿ ਅਸੀਂ ਜੱਟ ਹੈਗੇ ਹਾਂ, ਤੁਸੀਂ ਰਾਈ ਹੈਗੇ, ਪੈਦਾ ਹੋਏ ਇਹੋ ਹੀ ਮਰਨਗੇ, ਅਤੇ ਮੁਸਲਮਾਨ ਸਿੱਖ ਵਗੈਰਾ ਇਹ ਮਜ਼ਹਬੀ ਰੂਪ ਹੈਗੇ ਨੇ ਸਪਿਰਚੁਅਲ। ਉਹ ਕਿੱਧਰ ਸਮਝਣ। ਖੈਰ ਥੋੜ੍ਹੇ ਚਿਰ ਬਾਅਦ ਸਾਡੇ ਉਹ ਪਿੰਡ ਦੇ ਮੋਹਲੇ ਜਿਹੜੇ ਸੀ ਸਾਰੇ ਉੱਠ ਖੜ੍ਹੇ ਹੋਏ, ਚਲੇ ਗਏ, ਪਿੰਡ ਖਾਲੀ ਹੋ ਗਿਆ ਅਤੇ ਸਾਡਾ ਪਿੰਡ ਰਹਿ ਗਿਆ। ਅਤੇ ਰਾਈ ਜਿਹੜਾ ਸੀਗਾ ਮਰਾਸੀ ਸੀਗਾ, ਉਹਨੂੰ ਸੀਗਾ ਵੀ ਇਹ ਉੱਠਣ ਤਾਂ ਮੈਂ ਲੁੱਟ ਮਾਰ ਕਰਾਂ। ਅਤੇ ਉਹਨੇ ਜਾ ਕੇ ਰਾਈਆਂ ਨੂੰ ਦੱਸਿਆ ਕਿ ਤੁਹਾਡੇ ਸਾਡੇ ਪਿੰਡ ਨਾ ਦੂਏ ਆਦਮੀ ਆ ਕੇ ਇਕੱਠੇ ਹੁੰਦੇ ਨੇ, ਸਾਡੇ ਆ ਜਾਂਦੇ ਨੇ ਦੂਏ ਮਦਦ ਕਰਨ ਲਈ, ਵੀ ਇਹ ਉੱਠੇ ਤਾਂ ਸਾਨੂੰ ਲੁੱਟਣਾ ਪਏਗਾ। ਅਤੇ ਉਹ ਜਿਹੜੇ ਰਾਈ ਸੀਗੇ ਜ਼ੈਲ ਦਾ ਰਮਜ਼ਾਨ ਉਹਦਾ ਨਾਂ ਸੀਗਾ, ਉਹ ਸੀਗਾ ਆਪਣੇ ਦਰੰਗ ਦਾ ਸੀਗਾ ਜ਼ੈਲ ਦਾ। ਉਹ ਇੱਕ ਰਾਤ 2000 ਆਦਮੀ ਲੈ ਕੇ ਆ ਗਿਆ ਹਮਲਾ ਕਰਨ ਦੀ। ਮੇਰਾ ਤਾਇਆ ਉਹਦਾ ਦੋਸਤ ਸੀਗਾ, ਉਹਨੇ ਉਸੇ ਮਰਾਸੀ ਨੂੰ ਘੱਲਿਆ ਸਾਡੇ ਘਰ ਰਾਤ ਦੇ 12 ਵਜੇ ਕਿ ਜਾ, ਉਹਨੇ ਬੁਲਾ ਕੇ ਲਿਆ, ਉਹਦਾ ਨਾਂ ਸੀ ਰਾਏ ਸਿੰਘ। ਅਤੇ ਉਹਨੂੰ ਆਇਆ ਬੁਲਾਉਣ ਅਤੇ ਮੇਰਾ ਫਾਦਰ ਵੀ ਨਾਲ ਚਲੇ ਗਏ, ਦੋਨੋਂ ਜਾਣੇ ਚਲੇ ਗਏ। ਉਹ ਡੱਟ ਕੇ ਮੰਜੇ 'ਤੇ ਬੈਠਾ ਹੋਇਆ, ਇਹ ਵੀ ਮੰਜੇ 'ਤੇ ਬਹਿ ਗਿਆ। ਉਹਨੇ ਗੁੱਸਾ ਕੀਤਾ, ਇੰਨਾ ਭੁੰਨੇ ਬੈਠਾ ਗਈ ਹੈ, ਹੁਣ ਸਾਡਾ ਪਾਕਿਸਤਾਨ ਬਣ ਗਿਆ। ਜਦੋਂ ਫਾਦਰ ਨੇ ਸਮਝਾਇਆ ਨਾ ਕਿ ਇਹ ਕਿਸੇ ਜੱਟਾਂ ਨੇ ਮਰਨਾ, ਤੁਸੀਂ ਅਰਾਈਆਂ ਨੇ ਮਰਨਾ ਹੈਗਾ, ਮਜ਼ਹਬ ਇੱਕ ਕਮੀਜ਼ ਹੈਗੀ ਅਤੇ ਜਿੱਦਾਂ ਮਰਜ਼ੀ ਬਦਲ ਲਵੋ। ਉਹਨੂੰ ਪਤਾ ਸੀ ਛੋਟੂ ਰਾਮ ਇਹ ਕਹਿੰਦਾ ਸੀਗਾ, ਅਤੇ ਉਹਦੇ ਪੈ ਗਏ ਪੱਲੇ 'ਚ। ਤਿੰਨਾਂ ਲਾਲੇ ਜਿਹੜੇ ਸੀਗੇ ਉਹਨਾਂ ਦੀ ਸਮਝਾਈ ਕਿ ਇਹਨਾਂ ਨੇ ਇਲੈਕਸ਼ਨ ਨਹੀਂ ਹੋਣ ਦਿੱਤੀ, ਲਾਲਾ ਗਾਂਧੀ ਬਾਣੀਆਂ, ਲਾਲਾ ਤਾਰਾ ਸਿੰਘ ਮਹੋਤਰਾ ਖੱਤਰੀ ਅਤੇ ਲਾਲਾ ਮੁਹੰਮਦ ਅਲੀ ਜਿਨਾਹ ਬਬੜਾ ਭਾਟੀਆ। ਜਦੋਂ ਤਿੰਨਾਂ ਲਾਲਿਆਂ ਦੀ ਸਮਝਾਈ ਅਤੇ ਉਹਦੇ ਪੈ ਗਈ ਪੱਲੇ, ਅਤੇ ਕਹਿੰਦਾ ਸਾਡੇ ਜੱਟਾਂ ਅਤੇ ਹੈਰਾਨੀਆਂ 'ਚ ਕੋਈ ਦੁਸ਼ਮਣੀ ਨਹੀਂ ਹੈਗੀ, ਇਸ ਤਾਂ ਦੋਸਤ ਹੈਗੀ ਹੈ। ਦੋਸਤਾਂ ਨੂੰ ਕਹਿੰਦਾ ਇਹ ਸਾਡੇ ਮਹਿਮਾਨ ਹੈਗੇ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ। ਅਤੇ ਉਹ ਫਿਰ ਸਾਨੂੰ ਉਹਨਾਂ ਨੇ ਰਾਖੀ ਰੱਖੀ ਕਰਦੀ, ਆਏ ਸੀ ਮਾਰਨ ਅਤੇ ਸਾਡੇ ਰਖਵਾਲੇ ਮੰਨ ਗਿਆ। ਇਹਨੂੰ ਕਹਿੰਦੇ ਨੇ ਕਿ ਕ੍ਰਿਸ਼ਨ ਜਿਹੜਾ ਸੀ ਨਾ, ਲਾਰਡ ਕ੍ਰਿਸ਼ਨ, ਉਹਨੇ ਦ੍ਰਿਸ਼ ਦਿਖਾਲੇ ਸੀ ਪਾਂਡੂਆਂ ਨੂੰ ਕਿ ਇੱਕ ਪਹਾੜ ਰੁੜਿਆ ਹੁੰਦਾ ਹੈਗਾ ਪੂਰ ਦਾ, ਉਹਨੂੰ ਇੱਕ ਘਾਹ ਦੇ ਤਿਨਕੇ ਨੇ ਰੋਕ ਲਿਆ, ਮਕਾਨ ਢਾਈ ਉਹਦਾ, ਸਭ ਕੁਛ ਤਬਾਹ ਕਰੀ, ਉਹਦੇ ਘਾਹ ਦੇ ਤਿਨਕੇ ਨੇ ਰੋਕ ਲਿਆ। ਉਹ ਪਾਂਡੂਆਂ ਨੇ ਪੁੱਛਿਆ ਇਹ ਕੀ ਹੈਗਾ ਜੀ ਤਿਨਕਾ ਜਿਹੜਾ, ਉਹ ਕਹਿੰਦੀ ਜੇ ਕੋਲ ਸੱਤ ਹੋਏਗਾ ਨਾ ਉਹੀ ਇਸ ਪੂਰ ਦੇ ਪਹਾੜ ਨੂੰ ਰੋਕ ਸਕਦਾ ਹੈਗਾ, ਕਲਯੁਗ ਵਿੱਚ ਸੱਤ ਚੱਲਦਾ ਹੈਗਾ, ਪਿਛਲੇ ਯੁੱਗਾਂ 'ਚ ਸੱਚ,
ਸੱਚ ਜਿਹੜਾ ਦੋ ਅੱਖਾਂ ਨਾਲ ਨਜ਼ਰ ਆਵੇ। ਜਿੱਦਾਂ ਕਿ 1984 ਤੇ 1947 ਚ ਲੋਕੀ ਮਰੇ ਨੇ ਤੇ ਲੋਕੀ ਕਹਿੰਦੇ ਜੀ ਇੰਨੇ ਸਿੱਖ ਮਰ ਗਏ ਜੀ, ਇੰਨੇ ਹਿੰਦੂ ਮਰ ਗਏ, ਇੰਨੇ ਮੁਸਲਮਾਨ ਮਰ ਗਏ। ਤੇ ਜਿਹੜਾ ਹੈਗਾ ਮਨ ਦੀ ਤੀਜੀ ਅੱਖ ਹੈਗੀ, ਉਹ ਕਹਿੰਦੀ ਵੀ ਉਹ ਤਾਂ ਪੈਦਾ ਹੋਏ ਨਹੀਂ ਸੀਗੇ, ਮਰ ਕਿੱਧਰੋਂ ਗਏ? ਪੈਦਾ ਤਾਂ ਕੋਈ ਜੱਟ ਹੋਇਆ ਸੀ, ਕੋਈ ਚੂੜਾ, ਕੋਈ ਛਮਾਰ, ਕੋਈ ਖੱਤਰੀ, ਕੋਈ ਅਰੋੜਾ, ਉਹ ਮਰ ਕਿੱਧਰੋਂ ਗਏ? ਇਸ ਕਰਕੇ ਮਜ਼ਹਬੀ ਰੂਪ ਜਿਹੜਾ ਲੜਦਾ ਉਹ ਮਰਦਾ ਨਹੀਂ ਹੈਗਾ। ਪਰ ਇਹ ਜਿਹੜਾ ਕਲਯੁਗ ਵਿੱਚ ਜਿਹੜੇ ਸ਼ਰਾਰਤੀ ਹੈਗੇ ਨੇ ਕੌਮਾਂ ਦੇ ਲੋਕ, ਉਹ ਹੈਗੇ ਨੇ ਖੱਤਰੀ ਆਪਣੇ ਇੰਡੀਆ 'ਚ, ਅਤੇ ਮਿਡਲ ਈਸਟ ਹੈਗੇ ਜੁੱਡਾ ਟ੍ਰਾਈਬ ਦੇ। ਕਿੰਗ ਡੇਵਿਡ ਵੀ ਜੁੱਡਾ ਟ੍ਰਾਈਬ ਦਾ ਸੀਗਾ, ਉਦੋਂ ਉਹ ਦੇਵਤੇ ਸੀਗੇ, ਹੁਣ ਭਾਖਿਆ ਬਦਲ ਜਾਂਦੀ ਆਪਣੀ। ਇਸੇ ਤਰ੍ਹਾਂ ਖੱਤਰੀ ਤ੍ਰੇਤੇ 'ਚ ਰਾਮ ਚੰਦਰ ਜੀ ਖੱਤਰੀ ਸਨ, ਉਦੋਂ ਇਹ ਦੇਵਤੇ ਸੀਗੇ, ਅਤੇ ਕਲਯੁਗ ਵਿੱਚ ਇੱਕ ਨੰਬਰ ਦੇ ਸ਼ੈਤਾਨ ਬਣ ਜਾਂਦੇ ਨੇ। ਅਤੇ ਇਸ ਕਰਕੇ ਇਹ ਜਿਹੜਾ ਕਲਯੁਗ ਹੈਗਾ ਇਹ ਖੱਤਰੀਆਂ ਦਾ ਹੈਗਾ, ਇੰਡੀਆ 'ਚ ਇੱਕ ਨੰਬਰ ਦੇ ਸ਼ੈਤਾਨ ਹੈਗੇ ਨੇ। ਇਹਨਾਂ ਨੇ ਜਿੰਨਾ ਸਿੱਖੀ ਦਾ ਨੁਕਸਾਨ ਕੀਤਾ ਹੈਗਾ, ਉਹ ਤੁਹਾਨੂੰ ਇੱਕ ਚੈਨਲ ਹੈਗੀ ਪੰਜਾਬ ਸਿਆਣਾ, ਉਹਦੀ ਤੁਹਾਨੂੰ ਰੈਫਰੈਂਸ ਮੇਰੇ ਡਿਸਕ੍ਰਿਪਸ਼ਨ 'ਚ ਮਿਲ ਜਾਏਗੀ, ਉਹਦੇ ਵੀਡੀਓ ਦੇਖੋ। ਉਹ ਉਹਨਾਂ ਨੂੰ ਖੋਲਦਾ ਹੈਗਾ ਪੋਲ ਉਹਨਾਂ ਦੇ ਕਿੱਦਾਂ ਖਤਰੀਆਂ ਨੇ ਲੋਕਾਂ ਨੂੰ ਲੁੱਟਿਆ, ਪਰ ਉਹਨੂੰ ਇਲਮ ਨਹੀਂ ਹੈਗਾ ਜਿੰਨਾ ਕਿਹੜਾ ਜਿਹੜਾ ਮੈਂ ਦੱਸ ਸਕਦਾ ਹੈਗਾ। ਅਤੇ ਇਸ ਤਰ੍ਹਾਂ ਹੈਗਾ ਵੀ ਕਲਯੁਗ ਵਿੱਚ ਜਿਹੜਾ ਬੀਓ ਬੀਜ ਪੱਤ ਲੈ ਕੇ ਹੈਗਾ, ਜਿਹੜਾ ਆਪਣੀ ਬੀਜ ਪੱਤ ਬੀਜ ਨਹੀਂ ਭੁੱਲੇਗਾ ਨਾ, ਸਾਡਾ ਬੀਜ ਜੱਟ ਹੈਗਾ ਅਤੇ ਉਹਨਾਂ ਦਾ ਸੀ ਰਾਈ, ਦੋਨਾਂ ਇੱਥੇ ਉਹ ਰਾਈ ਬਣਾਏ ਅਤੇ ਅਸੀਂ ਜੱਟ ਬਣੇ, ਅਤੇ ਦੋਨੋਂ ਆਪਣੇ ਧਰਤੀ ਦੇ ਰਹਿਣ ਦਾ ਹੱਕ ਹੈਗਾ, ਬੰਦੇ ਦੇ ਪੁੱਤਰ ਹੈਗੀ ਹੈ, ਇਸ ਕਰਕੇ ਸਾਡੇ 'ਚ ਪਿਆਰ ਸੀਗਾ। ਐਰੋਜ ਐਰੋਜ ਕਹਿੰਦੇ ਹੁੰਦੇ ਜਿਹੜਾ ਕਿ ਇਹਦਾ ਤਨ ਦਾ ਹੁੰਦਾ ਪਿਆਰ, ਜਿਹੜਾ ਮਨ ਦਾ ਪਿਆਰ ਹੁੰਦਾ ਉਹਨੂੰ ਪ੍ਰੇਮ ਕਹਿੰਦੇ ਹੈਗਾ, ਸਿੱਖੀ 'ਚ ਪ੍ਰੇਮ ਹੁੰਦਾ ਹੈਗਾ, ਹਿੰਦੂ ਵਿੱਚ ਪਿਆਰ। ਅਤੇ ਹੁਣ ਇਹ ਕਲਯੁਗ ਹੈਗਾ, ਬਾਈਬਲ ਜਿਹੜੀ ਸੀਗੀ ਜੀਜ਼ੇ ਦੇ ਟਾਈਮ ਵਿੱਚ ਉਹਨੇ ਬਹੁਤ ਕੁਛ ਦੱਸਿਆ ਸੀਗਾ, ਉਹਦਾ ਜਿਹੜਾ ਸੀ ਸਾਰੀ ਜਿਹੜਾ ਉਹਦਾ ਪ੍ਰਚਾਰ ਸੀ ਉਹ ਇਹ ਪ੍ਰੋਮਿਸ ਲੈਂਡ 'ਤੇ ਸੀਗਾ, ਕਿ ਇਹਨਾਂ ਦੇ ਆਦਮੀਆਂ ਲਈ ਇਹਨਾਂ ਨੇ ਕਿੱਦਾਂ ਲੋਕਾਂ ਨੂੰ ਧੋਖਾ ਦਿੱਤਾ ਅਤੇ ਕਿੱਦਾਂ ਇਹ ਮਰੇ ਅਤੇ ਕਿੱਦਾਂ ਹੋਇਆ ਸੀ ਸਭ ਕੁਛ, ਉਹ ਪੈਰਾਬੋਲੀਟੇਸ਼ਨ ਦੱਸਿਆ ਸਾਰਾ। ਅਤੇ ਜਿਹੜਾ ਜਿਹਨੂੰ ਪ੍ਰਤਾਪ ਬ੍ਰਹਮ ਰਾਮ ਰਾਮ ਅੰਦਰ ਜਿਹੜਾ ਅੰਦਰ ਰਾਮ ਰਿਹਾ ਹੈਗਾ ਬਲ ਰਾਮ ਜੀਓ, ਉਹਦੀ ਸ਼ਕਤੀ ਨਾਲ ਤੁਸੀਂ ਉਹ ਸਮਝ ਸਕਦੇ ਹੈਗੇ, ਦੋ ਅਖਾਣੇ ਨਹੀਂ ਸਮਝ ਸਕਦੇ। ਦੋ ਅਖਾਣੇ ਜਿਹੜੇ ਕਹਿਣਗੇ ਵੀ ਇੰਨੇ ਸਿੱਖ ਮਰ ਗਏ, ਇੰਨੇ ਮੁਸਲਮਾਨ ਬਣ ਗਏ, ਤਾਂ ਤੀਜੀ ਅੱਖ ਜਿਹੜੀ ਕੋਈ ਹੈਗੀ ਮਨ ਦੀ, ਉਹ ਕਹੇਗਾ ਵੀ ਉਹ ਪੈਦਾ ਕਦੋਂ ਹੋਏ ਸੀ ਜਿਹੜੇ ਮਰ ਗਏ, ਪੈਦਾ ਤਾਂ ਕੋਈ ਜੱਟ ਹੋਇਆ, ਕੋਈ ਚੂੜਾ, ਕੋਈ ਛਮਾਰ, ਕੋਈ ਖੱਤਰੀ, ਕੋਈ ਰੋੜਾ, ਅਤੇ ਮਰ ਸਿੱਖ ਕਿੱਦਾਂ ਮਰ ਗਏ ਜੇ ਪੈਦਾ ਨਹੀਂ ਹੋਏ ਤਾਂ। ਇਸ ਕਰਕੇ ਜਿਹੜੀ ਚੀਜ਼ ਪੈਦਾ ਹੁੰਦੀ ਉਹੀ ਮਰੇਗੀ, ਅਤੇ ਇਹੋ ਹੀ ਫਾਦਰ ਨੇ ਦੱਸਿਆ ਸੀ ਉਹਨੂੰ ਰਾਈ ਜੈਲਦਾਰ ਨੂੰ ਕਿ ਇਹ ਜੱਟਾਂ ਦੇ ਮਰ ਤੁਸੀਂ ਹਰਾਈਆਂ ਨੇ, ਉਹ ਕਹਿੰਦਾ ਸਾਡੇ ਕੋਈ ਦੁਸ਼ਮਣ ਨਹੀਂ ਤਾਂ ਪਿਆਰ ਸਾਡਾ ਬਹੁਤ ਸ਼ਬਦ ਹੈਗਾ। ਅਤੇ ਫਾਦਰ ਨੂੰ ਕਹਿੰਦਾ ਚਲੋ ਲਾਹੌਰ ਆਪਾਂ ਸਮਾਧਰ ਲੁਕਾਈਏ, ਫਾਦਰ ਕਹਿੰਦੇ ਟੂ ਲੇਟ ਹੈਗਾ ਇਹਨੇ ਲੁਕਣ ਵਾਲਾ, ਇੰਨੀ ਉਹਦੇ 'ਚ ਜੋਸ਼ ਆ ਗਿਆ। ਇਹ ਕਲਯੁਗ ਵਿੱਚ ਹੈਗਾ ਜਿਹਦੇ ਕੋਲ ਸੱਤ ਹੋਏਗਾ ਨਾ ਉਹੀ ਇਹ ਬਾਈਬਲ ਸਮਝ ਸਕਦਾ ਹੈਗਾ ਅਤੇ ਨਾਲੇ ਆਦ ਗ੍ਰੰਥ। ਪਹਿਲਾ ਸਤਿਗੁਰੂ ਦੁਨੀਆਂ 'ਚ ਜੀਜ਼ ਆਇਆ, ਇੱਥੇ ਦੋ ਆਏ ਨੇ, ਇੱਕ ਤਾਂ ਆਇਆ ਬਾਹਮਣ ਉਹ ਸੀ ਜੌਨ ਦੀ ਬਾਪਟਿਸਟ, ਉਹਨੇ ਪਾਣੀ 'ਚ ਡੁਬਕੀ ਦਿੱਤੀ ਸੀ ਲੋਕਾਂ ਨੂੰ ਇਬਰਾਹਿਮ ਦੇ ਨਾਂ 'ਤੇ, ਅਤੇ ਜੀਜ਼ੇ ਨੂੰ ਡੁਬਕੀ ਦਿੱਤੀ ਸੀ ਉਹਦੇ ਪਿਓ ਜਾਵੇ ਦੇ ਨਾਂ 'ਤੇ, ਖੁਦਾ ਦੇ ਨਾਂ 'ਤੇ।
ਕਿ ਉਹ ਕੁਆਰੀ ਦੇ ਜਨਮ ਲਿਆ ਸੀ ਉਹਨੇ ਤਾਂ ਇਹ ਜਿਹੜਾ ਹੈਗਾ ਬਾਈਬਲ ਵਿੱਚ ਬਹੁਤ ਚੀਜ਼ਾਂ ਹੈਗੀਆਂ ਸੌਖੀਆਂ ਹੈਗੀਆਂ ਅਤੇ ਉਹ ਜੇ ਉਹ ਸਮਝ ਆ ਜਾਏ ਤੁਹਾਨੂੰ ਤਾਂ ਉਹ ਉਹਦੇ ਵਰਗਾ ਗਿਆਨ ਨਹੀਂ ਹੈਗਾ ਕਿਸੇ ਵੀ ਉਹਦੇ 'ਚ ਲਿਖਿਆ ਵੀ ਜੋ ਹੋ ਰਿਹਾ ਅੱਜ ਬਾਕੀ 13:24-30 ਉਹਦੇ ਲਿਖਿਆ ਵੀ ਜਦੋਂ ਕਲਯੁਗ ਦਾ ਅਖੀਰ ਆਇਆ ਉਦੋਂ ਮੈਂ ਇਹਨਾਂ ਨੂੰ ਇਕੱਠੇ ਕਰਕੇ ਜਲਾਵਾਂਗਾ ਇਸ ਕਰਕੇ ਕਲਯੁਗ ਦਾ ਅਖੀਰ ਹੈਗਾ ਹੁਣ ਇਜ਼ਰਾਈਲ ਬਣਿਆ ਹੈਗਾ ਇਹ ਜਿਹੜੇ ਜੂ ਕਿਲਾਉਂਦੇ ਆਪਣੇ ਆਪ ਨੂੰ ਇਹ ਦੋ ਵਾਰੀ ਹੋਏ ਨਾ ਇਕੱਠੇ ਇੱਕ ਵਾਰੀ ਅੰਡਰ ਮੋਜ਼ੇਸ ਅਤੇ ਦੂਜਾ ਹੈਗਾ ਹੁਣ ਜਿਹੜਾ ਕ੍ਰਾਈਜੀਜ਼ ਦੇ ਅੰਡਰ ਕ੍ਰਾਈਜੀਜ਼ ਦਾ ਕਹਿ ਗਿਆ ਨਾ ਬਈ ਜਿਹੜਾ ਸੈਕਿੰਡ ਕਮਿੰਗ ਆਫ ਜਿਹੜਾ ਸੀਗਾ ਆਪਣੇ ਨਾਨਕ ਹੈਗਾ ਤੇ ਉਹ ਕਹਿੰਦਾ ਜਦੋਂ ਕਲਯੁਗ ਦਾ ਅਖੀਰ ਆਇਆ ਉਦੋਂ ਜਿਹੜੇ ਹੈਗੇ ਸ਼ੈਤਾਨ ਲੋਕ ਹੈਗੇ ਨੇ ਉਹਨਾਂ ਨੂੰ ਇਕੱਠੇ ਕਰਕੇ ਜਲਾਵਾਂਗਾ ਤੋ ਅੱਜ ਸ਼ੈਤਾਨ ਲੋਕ ਜਿਹੜੇ ਕਿ ਜੂ ਜਿਹਨਾਂ ਅਮੈਰੀਕਾ 'ਚ ਮਾਮੂਲ ਅਤੇ ਮੀਡੀਆ ਪੈਸਾ ਜਿਹਨਾਂ ਕੋਲ ਹੈਗਾ ਪੈਸਾ ਹੁੰਦਾ ਲੁੱਟ ਮਾਰ ਨਾਲ ਇਕੱਠਾ ਹੁੰਦਾ ਹੈਗਾ ਇਮਾਨਦਾਰੀ ਨਾਲ ਵੀ ਹੁੰਦਾ ਇਮਾਨਦਾਰੀ ਨਾਲ ਵੀ ਜ਼ਿਮੀਂਦਾਰੀ ਜਿਹੜਾ ਕਿਸਾਨ ਹੁੰਦਾ ਹੈਗਾ ਉਹ ਇਮਾਨਦਾਰ ਹੁੰਦਾ ਹੈਗਾ ਉਹਦੀ ਜਿਹੜੀ ਕਮਾਈ ਹੁੰਦੀ ਹੱਕ ਲਾਲ ਦੀ ਹੁੰਦੀ ਹੈਗੀ ਜਿਹੜੇ ਦੁਕਾਨਦਾਰ ਕਰਦੇ ਜਾਂ ਹੋਰ ਬਿਜ਼ਨਸ ਜਿਹੜਾ ਕੋਈ ਹੈ ਕਰਦੇ ਉਹ ਬੇਈਮਾਨੀ ਦੀ ਹੁੰਦੇ ਨੇ ਅਤੇ ਹੱਕ ਪਰਾਇਆ ਨਾਨਕਾ ਉਸ ਸ਼ੂਗਰ ਉਸ ਗਾਏ ਜਿਹਦੇ ਜਿਹੜਾ ਹੱਕ ਭਰਾਇਆ ਕਿਸੇ ਦੇ ਮਾਲ ਲੁੱਟਣਾ ਉਹ ਜਿੱਦਾਂ ਇਹ ਜਿਹੜੇ ਮੁਹੰਮਦਨ ਹੈਗੇ ਨੇ ਇਹ ਸੂਰ ਤੋਂ ਨਫ਼ਰਤ ਕਰਦੇ ਨੇ ਜਿਹੜੇ ਹਿੰਦੂ ਹੈਗੇ ਨੇ ਉਹ ਗਾਂ ਤੋਂ ਗਾਂ ਦਾ ਮੀਟ ਨਹੀਂ ਖਾਣਾ ਉਸ ਕਰਕੇ ਅਤੇ ਹੋਰ ਜਿਹੜਾ ਹੈਗਾ ਇਹਨਾਂ ਨੂੰ ਫਿਰ ਵਾਪਸ ਲਿਆਉਂਦਾ ਹੈਗਾ ਇੱਕ ਵਾਰੀ ਤਾਂ ਮੋਸਿਸ ਨੇ ਲਿਆਉਂਦਾ ਸੀਗਾ ਉਦੋਂ 100% ਸਮੈਟਿਕ ਰੇਸ ਦੇ ਸੀਗੇ ਉਹ ਜਿਹੜਾ ਇਸ਼ਮਾਲ ਦੇ ਮੁੰਡੇ ਸੀਗੇ ਉਹਨਾਂ ਨੇ ਚੁੱਪ ਕਰਕੇ ਛੱਡ ਦਿੱਤਾ ਕੋਈ ਉੱਥੇ ਲੜਾਈ ਨਹੀਂ ਹੋਈ ਕੁਛ ਨਹੀਂ ਹੋਇਆ ਜਦੋਂ ਉਹਨੇ ਕਿਹਾ ਕਿ ਹੁਣ ਸਾਡਾ ਹੈਗਾ ਇਹੋ ਮੁਲਕ ਹੈਗਾ ਉਹ ਨਿਕਲ ਗਿਆ ਇਹ ਜਿਹੜਾ ਪੈਰਾਬੋਲ ਉੱਥੇ ਪ੍ਰੋਡੀਜ਼ ਸਮਝਾ ਦਿੱਤਾ ਹੈਗਾ ਨਾ ਬਾਈਬਲ 'ਚ ਉਹਦੇ 'ਚ ਦੱਸਦੇ ਨੇ ਵੀ ਕਿੱਦਾਂ ਹੋਇਆ ਅਤੇ ਹੁਣ ਜਿਹੜਾ ਹੈਗਾ ਪ੍ਰੋਵਿਸ ਲੈਂਡ ਵਿੱਚ ਆਏ ਨੇ ਇਹ ਹੈਗੇ ਨੇ ਸ਼ੈਤਾਨਾਂ ਦੇ ਪੁੱਤਰ ਇਹਨਾਂ ਨੂੰ ਕਹਿੰਦੇ ਢੇਰਸ ਢੇਰਸ ਹੁੰਦਾ ਕੰਡਿਆਰੀ ਜਿਹੜੀ ਬੂਟੀ ਜਿਹੜੀ ਹੁੰਦੀ ਜਿਹੜੀ ਕੰਡੇ ਹੁੰਦੇ ਜਿਹੜੇ ਫਲ ਕੁਛ ਨਹੀਂ ਲਿਆਉਂਦੇ ਇਹ ਹੈਗੇ ਨੇ ਜਿਹੜੇ ਉਹ ਹੈਗੇ ਨੇ ਜਿਹੜੇ ਜੀਵ ਬਣ ਗਏ ਜਿਸਮ ਦੇ ਅਤੇ ਇਹਨਾਂ ਕੋਲ ਹੈਗਾ ਜਿੰਨਾ ਪੈਸਾ ਹੈਗਾ ਅਮੈਰੀਕਾ 'ਚ ਅਤੇ ਪੈਸਾ ਹੁੰਦਾ ਹੈਗਾ ਸੰਜਰਾਂ ਕੋਲ ਵੀ ਕਾਫੀ ਪੈਸਾ ਹੁੰਦਾ ਹੈਗਾ ਅਤੇ ਇਸ ਕਰਕੇ ਇਹ ਜਿਹੜਾ ਨਾ ਇਕੱਠੇ ਹੋਏ ਸੀ ਹੁਣ ਗਿਰਾਉਣ ਲਈ ਅਤੇ ਉੱਥੇ ਜਿਹੜਾ ਮੰਦਰ ਹੈਗਾ ਉਹਦੀਆਂ ਤਿੰਨ ਪਾਸੇ ਦੀਆਂ ਜਿਹੜੀਆਂ ਕੰਧਾਂ ਹੈਗੀਆਂ ਟੁੱਟੀਆਂ ਹੈਗੀਆਂ ਨੇ ਇੱਕ ਇੱਕ ਸਾਬਤ ਹੈਗੀ ਜਿਹੜੀ ਵੈਸਟ ਵੱਲ ਹੈਗੀ ਮਗਰਬ ਵੱਲ ਛੁਪਦੇ ਵੱਲ ਉਹ ਇਸ ਲਈ ਹੈਗੀ ਕਿ ਉਹ ਪੂਜਾ ਹੈਗੀ ਸ਼ੈਤਾਨ ਨਾਲ ਹੀ ਕਰਨ ਲਈ ਕਿਉਂ ਜਦੋਂ ਸ਼ੈਤਾਨ ਨੂੰ ਦਰਕਾਰ ਨਾ ਹੁੰਦਾ ਨਾ ਇਹ ਜੂ ਵਗੈਰਾ ਜਿਹੜੇ ਹੈਗੇ ਨੇ ਮਿਡਲ ਈਸਟ ਦੇ ਲੋਕ ਹੈਗੇ ਨੇ ਇਹ ਮਗਰਬ ਮੂੰਹ ਕਰਕੇ ਨਾ ਸੱਤ ਵੱਟੇ ਚਿੜੇ ਉਹਦੇ 'ਚ ਅਤੇ ਹੁਣ ਇਹ ਜਿਹੜਾ ਹੈਗਾ ਟੈਂਪਰ ਹੈਗਾ ਅਤੇ ਉਹ ਅਤੇ ਹੋਰ ਕਲਯੁਗ ਦਾ ਅਖੀਰ ਹੈਗਾ ਇਹ ਹੁਣ ਕਦੋਂ ਐਟੋਮਿਕ ਵਾਰ ਲੱਗੇਗੀ ਹੁਣ ਜਿਹੜੇ ਇਕੱਠੇ ਹੋਏ ਜੂ ਇਹ ਸਮੈਟਿਕ ਰੇਸ ਦੀ ਨਹੀਂ ਹੈਗੇ ਇਹਨਾਂ 'ਚ ਬਹੁਤ ਸਾਰੇ ਏਰੀਅਨ ਹੈਗੇ ਨੇ
ਤੇ ਨੀਗਰ ਹੈਗੇ ਨੇ ਕਾਲੇ ਲੋਕ, ਜਿਹੜਾ ਮੁਲਕ ਹੁੰਦਾ ਉਹ ਟ੍ਰਾਈਬਲ ਹੁੰਦਾ ਹੈਗਾ, ਜਿਹੜੇ ਇਬਰਾਹਿਮ ਦੇ ਪੁੱਤਰ ਹੈਗੇ ਨੇ ਉਹ ਸਮੈਥਿਕ ਰੇਸ ਦੇ ਹੈਗੇ ਨੇ, ਉਹ ਗੋਰੇ ਨਹੀਂ ਹੈਗੇ ਜਿੱਦਾਂ ਏਰੀਅਨ ਹੈਗੇ ਜੇ। ਅਤੇ ਦੇਖੋ ਕਿ ਜਿਹੜੇ ਬਹੁਤ ਸਾਰੇ ਹੈਗੇ ਜਿਹੜੇ ਪੈਸੇ ਵਾਲੇ ਜੀਵ ਹੈਗੇ ਨੇ ਸਮੈਟਿਕ ਰੇਸ ਦੇ ਨਹੀਂ ਲੱਗਦੇ, ਅਤੇ ਇਹ ਹੁਣ ਇਕੱਠੇ ਹੋਏ ਨੇ ਸ਼ੈਤਾਨ, ਅਤੇ ਇਹਨਾਂ ਨੂੰ ਹੁਣ ਜਲਾਉਣਾ ਹੈਗਾ ਕਦੋਂ, ਅਟੋਮਿਕ ਵਾਰ ਨਾਲ ਲੱਗੇਗੀ। ਉਹ ਹੈਗਾ 70 ਸਾਲ ਤਾਂ ਇਹਨਾਂ ਦੀ ਫੁੱਲ ਪ੍ਰੋਟੈਕਸ਼ਨ ਸੀਗੀ, ਜਿਹੜਾ ਕਿ 2018 'ਚ ਹੁੰਦਾ ਹੈਗਾ। ਫਿਰ ਤੁਸੀਂ 7 ਸਾਲ ਬੁਰੇ ਲਾ ਲਓ, ਅਤੇ 2023 ਹੋ ਗਿਆ, 2023 ਨੂੰ ਡੋਨਲਡ ਟਰੰਪ ਨੇ ਫਰਕ ਕੀਤਾ ਸੀ ਕਿ ਜਰੂਸਲਮ ਜਿਹੜਾ ਹੈਗਾ ਇਹ ਇਜ਼ਰਾਈਲ ਦਾ ਕੈਪੀਟਲ ਹੈਗਾ, ਅਤੇ ਉਹ ਗੜਬੜ ਦਾ ਜਿਹੜਾ ਸੀ ਨਾ ਤੇਲ ਉਹ ਪਾ ਗਿਆ ਸੀਗਾ ਅੱਗ ਲਾਉਣ ਵਾਲੀ ਚਿਤੂੜੀ ਛੱਡ ਗਿਆ ਸੀਗਾ। ਅਤੇ ਉਹਦੇ ਬਾਅਦ ਤੁਸੀਂ ਦੇਖਿਆ ਵੀ ਅਮਨ ਚੈਨ ਬਹੁਤ ਘੱਟ ਰਿਹਾ ਹੈਗਾ, ਅਤੇ ਬਾਕੀ ਇਹਨਾਂ ਦੇ ਜਿਹੜਾ ਹੈਗਾ ਜਿਹੜਾ ਯਾਵੇ ਨੇ ਲਿਆਂਦਾ ਹੈਗਾ, ਯਾਵੇ ਬ੍ਰਹਮ ਅਤੇ ਖੁਦਾ ਇੱਕੋ ਚੀਜ਼ ਹੈਗੀ, ਇਹਨਾਂ ਨੂੰ ਅੱਲਾ ਖੁਦਾ ਨੇ ਲਿਆਂਦਾ ਇੱਥੇ, ਅਤੇ ਇਸ ਕਰਕੇ ਇਹਨਾਂ ਨੂੰ ਸਜ਼ਾ ਵੀ ਉਹਦਾ ਹੀ ਮਿਲੇਗੀ। ਅਤੇ 2018 ਵਿੱਚ ਅਤੇ ਪਲੱਸ 7 ਸਾਲ ਹੈਗੇ ਮਨੋਰੇ ਦੀਆਂ, ਮਨੋਰਾ ਹੈਗਾ ਇਹਨਾਂ ਦਾ ਜਿਹੜਾ, 7 ਬੱਤੀਆਂ ਹੈਗੀਆਂ ਨੇ, 6 ਬੱਤੀਆਂ ਹੈਗੀਆਂ ਖੁਦਾ ਦੀਆਂ, ਅਤੇ ਜਿਹੜੀ ਗਬਲੀ ਬੱਤੀ ਹੈਗੀ ਜਿਹੜੀ ਮੋਟੀ ਹੈਗੀ ਉਹ ਹੈਗੀ ਆਪਣੇ ਪਾਬਰਮ ਦੀ, ਪਾਬਰਮ ਅੱਲਾ ਪਾਬਰਮ ਐਲੋਹੀਅਮ ਇੱਕੋ ਚੀਜ਼ ਹੈਗੀ, ਅਤੇ ਉਹਦੀ ਹੁਣ ਜਿਹੜੀ ਹੈਗੀ ਉਹ ਬੱਤੀ ਜਿਹੜੀ ਖਤਮ ਹੋਣੀ ਹੈਗੀ ਅਗਲੇ ਸਾਲ ਨੂੰ 14 ਮਈ 2024 'ਚ। ਉਮੀਦ ਹੈਗੀ ਕਿ ਉਦੋਂ ਇਹ ਅਟੋਮਿਕ ਵਾਰ ਲੱਗੇਗੀ। ਉਹ ਭੁੱਲ ਜਾਂਦਾ ਮੈਂ ਕਿਹੜੀ ਤੇ ਹੁਣ ਲਿਖੇ ਹੁਣ ਜਿਹੜਾ ਚੀਜ਼ਾਂ ਹੋਣਗੀਆਂ ਦੁਨੀਆਂ 'ਚ ਇਹ ਬਹੁਤ ਖਤਰਨਾਕ ਹੈਗੀਆਂ ਨੇ, ਅਤੇ 14 ਮਈ 2024 'ਚ ਅਟੋਮਿਕ ਵਾਰ ਲੱਗਣ ਦੀ ਅੰਦੇਸ਼ਾ ਹੈਗਾ। ਅੱਗੇ ਪਰਮਾਤਮਾ ਜਾਣੇ, ਅਤੇ ਇੰਨਾ ਹੀ ਕਹਿ ਕੇ ਮੈਂ ਤੁਹਾਨੂੰ ਇੱਥੇ ਬੰਦ ਕਰਦਾ ਕਿ ਬਹੁਤ ਵੱਡਾ ਬਣ ਗਿਆ ਵੀਡੀਓ।